ਮੈਂ ਪਾਬੰਦੀਆਂ ਗਈਆਂ ਨੇ ਖਾ ਮੈਦਾਨ ਚ ਲਗਾ ਹੁੰਦਾ ਜਿਤਨਾ ਮਾਰਨਾ ਹੋਵੇ ਮੈਂ ਨਾ ਮਾਰੀ ਉਹਨੂੰ ਕੁਝ ਨਾ ਰੱਖੀ ਉਹਨੂੰ ਅਕਬਰ ਵੀ ਮੌਤ ਖਾ ਗਿਆ ਉਹਨੂੰ ਕੁਝ ਨਾ ਰੱਖੀ ਉਹਨੂੰ ਅਕਬਰ ਦਾ ਕਤਲ ਮੁਕਾ ਗਿਆ ਅਕਬਰ ਦੀ ਮੌਤ ਖਾ ਗਈ ਜੀ ਵੱਤ ਅੱਛਾ ਹੱਥ ਚਮਕ ਜੁਮਲਾ ਮੈਂ ਤੇ ਨਹੀਂ ਪੜੂ ਜਿਹੜੀ ਮਾਤਮ ਦੀ ਕਫੀਅਤ ਆਈ ਲੱਗਦਾ ਹੀ ਥਾਈ ਬਰਾਮਦਗੀ ਹੋਵੇ ਚਲੋ ਬਹਿਣ ਤੱਕ ਸਫ਼ਰ ਕਰਨਾ ਹੈ ਪੜ ਦੇਣਾ ਜੁਮਲਾ ਹੁਣ ਪੂਰੇ ਮਜਮੇ ਚੋ ਸਹੀਦਾਂ ਤੇ ਮੇਰਾ ਸਵਾਲ ਹੈ ਉਹ ਸਹੀਦਾਂ ਤਾਂ ਬਦੇ ਧੀਆਂ ਲੈ ਕੇ ਚੌਕਾਂ ਤੇ ਰੋਂਦੇ ਆ ਗਾਜ਼ੀ ਨਹੀਂ ਲੜਿਆ ਪਰ ਇਹਨਾਂ ਆਲੀਆ ਦਾ ਹਯਾ ਗਾਜ਼ੀ ਲੜਿਆ ਵੀ ਨਹੀਂ ਜਿਤਨੀ ਵਾਰੀ ਆਖੋ ਉਹਦੀਆਂ ਭਾਈ ਕੱਟ ਕੇ ਮਾਰਿਆ ਉਹਦੀਆਂ ਭਾਈ ਬੰਨ ਕੇ ਮਾਰਿਆ ਕੱਢ ਲਓ ਸਾਈਦਾ ਕੱਢ ਲਓ ਮੁਸਲਸਲ ਰੋਣਾ ਤੇਰਾ ਮੇਰਾ ਕੰਮ ਨਹੀਂ ਅਕਬਰ ਦੇ ਜਿਗਰ ਤੇ ਮੂੰਹ ਜਿਹੜੀ ਰੋਂਦੀ ਪਈ ਹੈ ਹਰ ਥਾਰੇ ਤੇ ਬੰਦਾ ਮਾਣ ਲਾਉਂਦਾ ਵਕਤਾਂ ਦਾ ਰੋਪ ਵੀ ਨਾ ਕਲਮ ਤੇ ਵਕਤ ਪੂਰਾ ਘੱਟ ਹੋਣਾ ਗਾਜ਼ੀ ਠਾਈ ਮਾਰ ਕੇ ਰੋਣਾ ਹੈ ਆਲੀਆ ਦੇ ਸਾਹਮਣੇ ਤੇ ਆਲੀਆ ਉੱਠ ਕੇ ਪਿਆ ਦੀ ਹੈ ਰੋਣਾ ਹੈ ਇਹਨਾਂ ਨੂੰ ਕਿਹਦੇ ਲੈ ਜਾ ਜਿੱਥੇ ਮੇਰਾ ਅਕਬਰ ਨਾ ਰਹਿਆ ਅੰਮਾ ਫਿਜ਼ਾ ਅੰਮਾ ਫਿਜ਼ਾ ਜਾ ਹਰ ਖੈਮੇ ਚ ਜਾ ਕਿ ਆਖਾਂ ਇਸ ਗਾਜ਼ੀ ਨੂੰ ਮਿਲਣਾ ਹੋਗਾ ਨਹੀਂ ਮਾਂ ਇੰਝ ਨਹੀਂ ਆਖਿਆ ਹਰ ਖੈਮੇ ਜਾ ਕੇ ਬੀਬੀਆਂ ਤੋਂ ਬਾਅਦ ਅਲੀ ਦੀ ਵੱਡੀ ਧੀ ਪਿਆ ਦੀਏ ਚਿੱਟੇ ਤੇ ਜਿਸ ਮੇਰੇ ਸਿਰ ਤੋਂ ਚਾਦਰ ਲਾਂਦੀ ਗਈ ਖੜੀ ਹੋ ਆਵੇ ਆਵੇ ਮੇਰੇ ਖੈਮੇ ਚ ਆਵੇ ਆਵੇ ਮੇਰੇ ਖੈਮੇ ਚ ਆਵੇ ਬੀਬੀਆਂ ਕਿੱਟੀਆਂ ਹੋ ਗਈਆਂ ਬੀਬੀਆਂ ਬੀਬੀਆਂ ਕੱਟੀਆਂ ਹੋ ਗਈਆਂ ਇਹ ਜੁਮਲਾ ਅਗਰ ਕੋਈ ਹੋਰ ਪੜਿਆ ਤਾਂ ਮੈਂ ਤੁਹਾਡੇ ਨਾਲ ਮੈਂ ਤੁਹਾਨੂੰ ਦੱਸਾਂ ਵੀ ਜੁਮਲਾ ਸੁਣੀਂਦਾ ਕਿਵੇਂ ਪਹਿਲੀ ਵਾਰੀ ਗਾਜ਼ੀ ਦੇ ਸਾਹਮਣੇ ਆਲੀਆ ਸਿਰ ਤੋਂ ਚਾਦਰ ਲਾਈ ਆ ਕੇ ਬਿਰਾ ਕਾਸਮ ਬਿਰਾ ਇਹ ਚਾਦਰ ਲਾਈ ਮਿੱਟੀ ਤੇ ਵਿਛਾਈ ਮਿੱਟੀ ਤੇ ਵਿਛਾ ਕੇ ਪਿਆ ਦੀ 119 ਬਤੂਲਾ ਲਾਓ ਆਪਣੀਆਂ ਚਾਦਰਾਂ ਗਾਜ਼ੀ ਅੱਖੀ ਨੂੰ ਪਲਈਆਂ ਚਾਦਰਾਂ ਲਾ ਕੇ ਹੁਣ ਬੀਬੀਆਂ ਦੀਆਂ ਮੇਰੀ ਚਾਦਰ ਤੇ ਰੱਖੋ ਸਾਰੀਆਂ ਬੀਬੀਆਂ ਰੱਖੀਆਂ ਇਹ ਤੋਂ ਦੋ ਚੁੰਡਾਂ ਇਸ ਤਰੀਕੇ ਨਾਲ ਆਲੀਆ ਨੱਪੀਆਂ ਆਦੀ ਮਾਂ ਫਿਜ਼ਾ ਭਰੋ ਦੋ ਨਾ ਫਿਜ਼ਾ ਚੁੰਡਾਂ ਰਲਾਈਆਂ ਨੇ ਆਲੀਆ ਗੱਡੜੀ ਬਣਾ ਕੇ ਇੱਕ ਪਾਸੋਂ ਆਪ ਚਾਈ ਦੂਜੇ ਪਾਸੋਂ ਬੇ ਔਲਾਦ ਭੈਣ ਚਾਈ ਇੱਕ ਪਾਸੋਂ ਫਿਜ਼ਾ ਚਾਈ 120 ਬੁਰਕੇ ਇਕੱਠੇ ਕਰਕੇ ਗਾਜ਼ੀ ਦੀਆਂ ਅੱਖੀ ਤੋਂ ਹੱਥ ਹਟਾ ਕੇ ਆਦੀ ਜਿਹਦੇ ਜਾਣਾ ਹੀ ਇਹ ਵੀ ਨਹੀਂ ਜਾਣੀ
ਜਦੋਂ ਦੋਵੇਂ ਨਹੀਂ ਰਹਿਣਾ ਤੇ ਮੁਰਖੇ ਕਿੱਥੋਂ ਰਹਿਣੇ ਇੱਥੇ ਇੱਕ ਮਾਤਮੀਆਂ ਦੇ ਹਿੱਸੇ ਦਾ ਇਸ਼ਾਰਾ ਕਰਾਂ ਮਮਤਾ ਦੋ ਦਬਾ ਦਵੈਣ ਸ਼ੁਰੂ ਕਰਾਂ ਮੁਸਲਿਮ ਵਿਰਾਸ ਸਾਹਮਣੇ ਵਾਲੀ ਫਰਮਾਇਆ ਅੰਮਾ ਫਿਜ਼ਾ ਜਿੱਥੋਂ ਤੁਰਨਾ ਹੈ ਮੇਰੇ ਅੱਬਾਸ ਅੰਮਾ ਲਾ ਉੱਥੇ ਪੱਥਰਾਂ ਦੀ ਢੇਰੀ ਨਹੀਂ ਮੈਂ ਦੱਸਾਂ ਜ਼ਮਾਨੇ ਨੂੰ ਮੈਂ ਲੁੱਟ ਕਿਵੇਂ ਕਿ ਪਾਉਂਦਾ ਪੱਥਰਾਂ ਦੀ ਢੇਰੀ ਲੱਗ ਗਈ ਅੱਬਾਸ ਘੋੜਿਆਂ ਨੂੰ ਤੁਰਿਆ ਅੱਬਾਸ ਘੋੜਿਆਂ ਨੂੰ ਤੁਰਿਆ ਆਲੀਆ ਪਿੱਛੂ ਕਾਮਾ ਹੱਥ ਪਾਇਆ ਦਾਮਨ ਛੱਤ ਪਾ ਕੇ ਪਿਆਦੀ ਵੈਂਟ ਕਰਨਾ ਸੋਹਣੇ ਦਾ ਫਿਰ ਮਦਦ ਫਰਮਾਵੇ ਦਾਮਨ ਛੱਤ ਪਾ ਕੇ ਪਿਆਦੀ ਅੱਬਾਸ ਰਾਜ਼ੀ ਅਲਮਾ ਵਾਲਾ ਕੋਈ ਹਸਰਤ ਕੋਈ ਹਸਰਤ ਜ਼ਮੀਨ ਦੇ ਲਕੀਰਾਂ ਮਾਰ ਕੇ ਆ ਗਿਆ ਕੋਈ ਇੱਕ ਹਸਰਤ ਮੇਰੀਆਂ ਤੇ ਦਿਲ ਦੀਆਂ ਦਿਲ ਚ ਰਹਿ ਗਈਆਂ ਆਲੀਆ ਫਰਮਾਇਆ ਨਹੀਂ ਤੁਸਾਂ ਰਹਿਣਾ ਕਰਬਲਾ ਪੜਾਓ ਪੜਾਓ ਮੇਰੇ ਨਾਲ ਆਪ ਸਾਥੀ ਬਣੇ ਕਰੋ ਤੇ ਮੈਂ ਜਾਣਾ ਸ਼ਾਮ ਦੇ ਅਰਾਮਾਂ ਤੇ ਆਦੀ ਬਣ ਜਾ ਉਹ ਲੋਕਾਂ ਉਹ ਮੇਰੇ ਗਾਜ਼ੀ ਦੀ ਇਹ ਹਸਰਤ ਆਈ ਰੁਨਾ ਅਬਾਸ ਰੋ ਰੋ ਕੇ ਅਬੇ ਆਲੀਆ ਪੂਰੀ ਕੈਨਾਤ ਦੇ ਨਜ਼ਰ ਮਾਰ ਮੈਂ ਕੋਈ ਇੱਕ ਜਰਨੈਲ ਵਿਖਾ ਜਿਹੜਾ ਤਾਕਤ ਰੱਖਦਾ ਹੋਵੇ ਤੇ ਨਾ ਲੜਿਆ ਹੋਵੇ ਮੈਂ ਕੋਲ ਬਾਬੂ ਮੈਂ ਵੀ ਕੋਲ ਕੀ ਕੋ ਵੀ ਕਰ ਬੈਣ ਮੈਂ ਸਵਾਲ ਕਰਾਂ ਰੋਣ ਵਾਲੇ ਲੋਕਾਂ ਆਲੀਆ ਹੱਥ ਨੱਪ ਕੇ ਅਦੀਏ ਇੱਥੇ ਖਲੋ ਰੋ ਇੱਕ ਜਰਨੈਲ ਤੇ ਮੈਂ ਦੱਸਦੀਆਂ ਜਿਹੜਾ ਤੇਰੇ ਤੋਂ ਵੱਡਾ ਮਜਬੂਰ ਆਈ ਉਹਦੀਆਂ ਦੋ ਧੀਆਂ ਉਹਦੇ ਦੋ ਪੁੱਤਰ ਮਦੀਨੇ ਦੇ ਸ਼ਹਿਰ ਉਹਦੀ ਸੌਜਾ ਮਾਰ ਕੇ ਉਹਦੇ ਮੂਹੇ ਨੂੰ ਅੱਗ ਲੱਗੀ ਉਹ ਜਰਨੈਲ ਆਇਓ ਕਹਿ ਦੀ ਵਾਲੇ ਕਿਵੇਂ ਪਾ
ਰੋਵਣ ਵਾਲੇ ਬਣੇ ਕਿਰਾਈ ਨਹੀਂ ਇਹ ਬੈਣ ਪੜਿਆ ਜਿਹੜਾ ਬੈਣ ਤੁਹਾਡੇ ਕੋਲ ਕਰਦਾ ਪਿਆ ਆਂਦੀਆਂ 217 ਸੁਣ ਲਵੇ ਦੋ ਸਤਰਾਂ ਸੁਣ ਲਵੇ ਤ੍ਰੀਜੀ ਸਤਰ ਤੇ ਮਾਤਮ ਚਾਹੀਦਾ ਸ਼ਬੀਰ ਲੱਗ ਤੇ ਹੱਥ ਰੱਖ ਕੇ ਟੁਰਿਆ ਟੁਰਿਆ ਤੇ ਸੱਦ ਮਾਰ ਕੇ ਆਦੇ ਗਾਜ਼ੀ ਰਾਜ਼ੀ ਰਾਜ਼ੀ ਅੱਬਾਸ ਨਹੀਂ ਬੋਲਿਆ ਹੁਸੈਨ ਠਹਿ ਪਿਆ ਕਿਤੇ ਤੇ ਰੋ ਰੋ ਕੇ ਆਦੇ ਚਰਨੇ ਲਗਵੀ ਸੋਮਾ